ਅਸਲਾਮ ਵਾਲੇਕੁਮ ਜੀ। ਮਾਸ਼ਾਅੱਲਾ, ਇੰਨਾ ਐਡੀ ਵੱਡੀ ਵਾਟਰ ਕਰਾਸਿੰਗ, ਛੱਡ ਗੱਲਾਂ ਤੋਂ ਉਸਤਾਦ ਜੀ, ਓਨਾ ਹੀ ਪਾਣੀ ਤੇਜ਼ ਅਤੇ ਓਨਾ ਹੀ ਠੰਡਾ ਅੱਗੇ ਪਾਣੀ। ਦੋ ਦੋ ਤਿੰਨ ਤਿੰਨ ਬੰਦਿਆਂ ਨੇ ਇੱਥੋਂ ਤਕਾ ਲਾ ਕੇ ਬਾਈਕਾਂ ਕੱਢੀਆਂ, ਕਿਉਂਕਿ ਥੱਲੇ ਪੱਥਰ ਨਾ ਕਾਫੀ ਗਹਿਰਾਈ ਵੀ ਸੀਗੀ ਅਤੇ ਅੱਗੇ ਪੱਥਰ ਬਹੁਤ ਬੜੇ ਬੜੇ ਸੀ। ਬਾਈਕਾਂ ਉੱਥੇ ਪੱਥਰ ਨਾਲ ਲੱਗ ਜਾਂਦੀਆਂ ਅਤੇ ਚੱਲਦੀਆਂ ਸੀ। ਅੱਗੇ ਹੁਣ ਪਹੁੰਚ ਗਏ ਸੀ ਮੇਰਾ ਗ੍ਰਾਮ ਵੈਲੀ, ਅਖਰੋਟ ਦਾ ਦਰਖਤ ਲੱਗੇ ਇੱਥੇ, ਚੈਰੀ, ਅੰਗੂਰ, ਬਦਾਮ, ਲੀਚੀ, ਸ਼ਤੂਤ, ਜਪਾਨੀ ਫਲ ਅਤੇ ਹੋਰ ਕਾਫੀ ਲੱਗਿਆ ਹੋਇਆ ਇੱਥੇ ਫਲ ਵਗੈਰਾ। ਅਤੇ ਅਸੀਂ ਹੁਣ ਡਾਕਟਰ ਮੋਹਸਨ ਚੱਕਵਾਲ ਵਾਲੇ, ਉਹਨਾਂ ਦੇ ਦੋਸਤ ਆ ਇੱਥੇ, ਉਹਨਾਂ ਦੇ ਖੇਤਾਂ 'ਚ ਫਿਰ ਰਹੇ ਹਾਂ ਇਸ ਟਾਈਮ। ਅਤੇ ਇਹਨਾਂ ਨੇ ਆਪਣੀ ਜ਼ਰੂਰਤ ਲਸਣ ਵਗੈਰਾ, ਪਿਆਜ਼, ਸਬਜ਼ੀਆਂ, ਭਿੰਡੀਆਂ ਭੁੰਡੀਆਂ, ਟਮਾਟਰ, ਮਿਰਚਾਂ, ਹਰ ਸ਼ੈ ਆਪਣੀ ਲਾਈ ਹੋਈ ਸੀਗੀ। ਹਜੇ ਕਿ ਇੱਥੇ ਗੰਦਮ ਹੀ ਹਜੇ ਤਿਆਰ ਆ, ਪੰਜਾਬ 'ਚ ਤਾਂ ਕਦੀ ਵੱਡੀ ਵੀ ਗਈ ਨਾ, ਇੱਥੇ ਹਜੇ ਤੱਕ ਪੱਕੀ ਖੜੀ ਹੈ, ਪੀਲੀ ਪੀਲੀ ਉਹ ਨਜ਼ਰ ਵੀ ਆ ਰਹੀ ਤੁਹਾਨੂੰ। ਅਗਰ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਹੈਗਾ ਫੈਸਲਾਬਾਦ ਤੋਂ ਹੈਗਾ 766 ਕਿਲੋਮੀਟਰ, 14 ਘੰਟੇ 25 ਮਿੰਟ ਲੱਗਣੇ ਤੁਹਾਨੂੰ। ਅਤੇ ਚਤਰਾਲ ਤੋਂ ਹੈਗਾ 101 ਕਿਲੋਮੀਟਰ, 3 ਘੰਟੇ 28 ਮਿੰਟ ਲੱਗਣੇ ਆ। ਅਤੇ ਬੂਨੀ ਤੋਂ ਹੈਗਾ 14 ਕਿਲੋਮੀਟਰ, ਉੱਥੋਂ ਲੱਗਣੇ 35 ਮਿੰਟ। ਅਤੇ ਮਸਤੂਲ ਤੋਂ ਹੈਗਾ 18 ਕਿਲੋਮੀਟਰ, ਉੱਥੋਂ ਲੱਗਣੇ ਆ 39 ਮਿੰਟ ਤੁਹਾਨੂੰ ਇੱਥੇ ਆਉਣ ਵਾਸਤੇ, ਮੇਰਾ ਗ੍ਰਾਮ ਵਾਸਤੇ। ਅਤੇ ਉਹ ਦੇਖੋ, ਚੈੱਕ ਕਰੋ ਮੈਂ ਕਿੰਨੀ ਹਾਈਟ 'ਤੇ ਖੜ੍ਹਾ। ਪਿੱਛੇ ਆ ਮੇਰੇ ਉਹ ਸਸਪੈਂਸ਼ਨ ਬ੍ਰਿਜ, ਉਹ ਸਸਪੈਂਸ਼ਨ ਬ੍ਰਿਜ ਦੀ ਤੁਸੀਂ ਦੇਖੋ ਕਿੰਨਾ ਛੋਟਾ ਜਿਹਾ ਨਜ਼ਰ ਆ ਰਿਹਾ, ਇੰਨੀ ਹਾਈਟ 'ਤੇ ਅਸੀਂ। ਇੱਥੋਂ ਇੱਕ ਵਿਊ ਦਾ ਲੈਵਲ ਸੀਗਾ, ਲੈਵਲ ਆਪਣੇ ਨਜ਼ਾਰਾ ਸੀ। ਅਤੇ ਅਸੀਂ ਇਸ ਟਾਈਮ ਡਾਕਟਰ ਮੋਹਸਨ, ਉਹਨਾਂ ਦੀ ਟ੍ਰੈਡੀਸ਼ਨਲ ਡਿਸ਼ ਆ, ਤੋ ਬਹੁਤ ਮਹਿਮਾਨ ਨਵਾਜ ਲੋਕ ਸੀਗੇ ਇਹ, ਸਾਡੇ ਬਹੁਤ ਪਿਆਰੇ ਭਾਈ ਡਾਕਟਰ ਮੋਹਸਨ ਸਾਹਿਬ ਆ, ਉਹਨਾਂ ਦੇ ਤਲਕ ਵਾਲੇ ਸੀਗੇ, ਦੋਸਤ ਸੀ ਉਹਨਾਂ ਦੇ। ਅਸੀਂ ਐਂ ਜਾ ਕੇ ਸਰਪ੍ਰਾਈਜ਼ ਦਿੱਤਾ, ਤਾਂ ਵੀ ਉਹਨਾਂ ਨੇ ਕਾਫੀ ਕੁਛ ਸਾਡੇ ਵਾਸਤੇ ਭਿੰਡੀ ਵਗੈਰਾ ਆਪਣੀ ਟ੍ਰੈਡੀਸ਼ਨਲ ਡਿਸ਼ਾਂ ਇੱਕ ਦੋ ਤਿਆਰ ਕੀਤੀਆਂ। ਉਹ ਕਹਿੰਦੇ ਸਾਨੂੰ ਤੁਸੀਂ ਪਹਿਲਾਂ ਦੱਸ ਦਿਓ, ਤੁਹਾਡੇ ਵਾਸਤੇ 8-9 ਡਿਸ਼ਾਂ ਟ੍ਰੈਡੀਸ਼ਨਲ ਤਿਆਰ ਹੋਣੀਆਂ ਸੀ। ਖਾਣਾ ਖਾਣ ਤੋਂ ਬਾਅਦ ਫਿਰ ਉਸਤਾਦ ਜੀ ਉਹਨਾਂ ਨੇ ਸਾਨੂੰ ਦਿੱਤੀ ਚੈਰੀ, ਸ਼ਤੂਤ। ਮਾਸ਼ਾਅੱਲਾ ਬਹੁਤ ਹੀ ਪਿਆਰੇ ਲੋਕ ਸੀਗੇ, ਬਹੁਤ ਅੱਛਾ ਲੱਗਿਆ ਇਹਨਾਂ ਨਾਲ ਮਿਲ ਕੇ। ਇਹ ਸਾਰਾ ਮਿਹਰਬਾਨੀ ਡਾਕਟਰ ਮੋਹਸਨ ਦੀ ਹੈ।